ਹਾਂਜੀ ਰੁਮਾਲ ਰੱਖਣ ਦੀ ਆਦਤ ਹੁੰਦੀ ਹੈ ਕਿਹ ਵੇਲੇ ਤੁਸੀਂ ਆਹ ਤਦਾ ਤੋਲੇ ਹਾਂਜੀ ਹਾਂ ਤੇ ਰੁਮਾਲ ਤੁਹਾਡੇ ਕੋਲ ਹੈ ਨਹੀਂ ਹਾਂਜੀ ਹਾਂ ਤੇ ਕੀ ਕਰੋਗੇ ਸੋ ਸੋ ਉਸ ਵੇਲੇ ਨਾਲ ਫੋਨ ਜਿਹੜੀ ਹੈ ਰੱਖਣ ਦੀ ਆਦਤ ਹੁੰਦੀ ਹੈ ਹਾਂਜੀ ਹਾਂਜੀ ਸੋ ਇਹ ਚੀਜ਼ਾਂ ਜਦੋਂ ਹੋਣਗੀਆਂ ਤੁਹਾਡੇ ਕੋਲ ਮੈਂ ਜਰੂਰ ਸਵੇਰੇ ਚੱਲਦਾ ਹਾਂ ਮਿਸਾਲ ਦੇ ਤੌਰ ਤੇ ਮੈਂ ਉਹ ਦੇਖ ਲੈਣਾ ਸੱਤ ਚੀਜ਼ਾਂ ਹੈਗੀਆਂ ਇਹ ਸੱਤ ਹੈਗੀਆਂ ਤਾਂ ਫਿਰ ਮੈਂ ਚੱਲ ਪੈਣਾ ਕੈਂਸਰ ਪਾਲੀ ਸੋ ਬਹੁਤ سارے ਲੋਕ ਜਿਹੜੇ ਹਨ ਜਨੋਂ ਕਿਤੇ ਜਾਂਦੇ ਹਨ ਉਹ ਇੱਕ ਦੋ ਚੀਜ਼ਾਂ ਉਥੇ ਭੁੱਲੇ ਹੁੰਦੇ ਆ ਭੁੱਲੇ ਹੁੰਦੇ ਨੇ ਜੀ ਇੱਕ ਡਾਇਰੀ ਦੇ ਵਿੱਚ ਜੋ-ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਕਿਸੇ ਦੇ ਘਰ ਜਾ ਕੇ ਹਾਂਜੀ ਹਾਂ ਉਹ ਤੁਸੀਂ ਲਿਸਟ ਬਣਾਓ ਠੀਕ ਹੈ ਜਦੋਂ ਲਿਸਟ ਬਣਾਓਗੇ ਤਾਂ ਜਦ ਤੁਸੀਂ ਤਿਆਰੀ ਕਰਨੀ ਹੈ ਜਾਣਦੇ ਉਹ 15 ਮਿੰਟਾਂ ਦੇ ਵਿੱਚ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਣਗੀਆਂ ਉਹ ਤੁਸੀਂ ਸਟੇਕਰ ਚ ਪਾ ਕੇ ਤੇ ਚਲੇ ਜਾਓਗੇ ਹਾਂਜੀ ਕੋਈ ਚੀਜ਼ ਉਥੇ ਰਹੇਗੀ ਨਹੀਂ ਕਿਉਂਕਿ ਉਥੇ ਆਉਣ ਵੇਲੇ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਲਓ ਮਿਲਾ ਲਓਗੇ ਹਾਂਜੀ ਹਾਂ ਸੋ ਇਹ ਆਦਤ ਹੈ ਠੀਕ ਹੈ ਜੀ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਜਦੋਂ ਬਾਜ਼ਾਰ ਜਾਂਦੇ ਹਨ ਲਿਸਟ ਸੂਚੀ ਬਣਾ ਕੇ ਲੈ ਕੇ ਜਾਂਦੇ ਵੀ ਇਹ ਚੀਜ਼ਾਂ ਲਿਆਉਣੀਆਂ ਹਾਂ ਜਿਹੜੇ ਨਹੀਂ ਬਣਾ ਕੇ ਜਾਂਦੇ ਸਾਰੇ ਘੁੰਮਦੇ ਰਹਿੰਦੇ ਆ ਸਹੀ ਗੱਲ ਵਾਈਫ ਆ ਕੇ ਕਹਿੰਦੀ ਹੈ ਲਿਆਉਣੇ ਦਾ ਚਾਹ ਦੀ ਪੱਤੀ ਚਾਹ ਦੀ ਪੱਤੀ ਲਿਆਉਣੀ ਤੁਸੀਂ ਲਿਆਉਂਦਾ ਸਰੋਂ ਦਾ ਤੇਲ ਠੀਕ ਹੈ ਹੁਣ ਸਰੋਂ ਦੇ ਤੇਲ ਨੂੰ ਕੀ ਕਰਾਂ ਚਾਹ ਕਿਵੇਂ ਬਣਾਵਾਂਗੇ ਉਹਨਾਂ ਨੇ ਲਿਸਟ ਨਹੀਂ ਬਣਾਈ ਠੀਕ ਹੈ ਠੀਕ ਹੈ ਤੇ ਯਾਦ ਰੱਖਣ ਦਿਓ ਇਹਨਾਂ ਨੂੰ ਆਦਤ ਨਹੀਂ ਹੈ ਠੀਕ ਠੀਕ ਸੋ ਇਸ ਤਰ੍ਹਾਂ ਜਿਹੜੇ بے ਕਾਇਦਾ ਬੰਦੇ ਹੁੰਦੇ ਆ ਨਾ ਉਹ ਪੰਬਲ ਪੂਸੇ ਹੀ ਪੈ ਰਹੇ ਹਿੱਕੇ ਉਹ ਕੰਮ ਨਿਪਟਾਉਂਦੇ ਨਹੀਂ ਹੈਗੇ ਤੇਰਾ ਵਿਆਹ ਮਿਸਾਲ ਦੇ ਤੌਰ ਤੇ ਹਾਂ ਜੀ ਸਿਆਣਾ ਬੰਦਾ ਕੀ ਕਰੇਗਾ ਇੱਕ ਡਾਇਰੀ ਲੈ ਕੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਵਕਰੇ ਵਕਰੇ ਰੱਖੇਗਾ ਹਲਵਾਈ ਦਾ ਵਕਰਾ ਪੇਜ ਲਾਏਗਾ ਕਿਹਨਾਂ ਕਿਹਨਾਂ ਨੂੰ ਬੁਲਾਉਣਾ ਉਹਨਾਂ ਨੂੰ ਵਕਰਾ ਪੇਜ ਲਾਏ ਜੇ ਤੁਸੀਂ ਲਿਸਟ ਨਹੀਂ ਬਣਾਉਂਗੇ ਬਹੁਤ ਸਾਰੇ ਰਿਸ਼ਤੇਦਾਰ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ ਕਿਉਂਕਿ ਸਾਰੇ ਰਿਸ਼ਤੇਦਾਰ ਤੁਸੀਂ ਯਾਦ ਨਹੀਂ ਰੱਖ ਸਕਦੇ ਬਹੁਤ ਸਾਰੇ ਨਾਰਾਜ਼ ਹੋ ਜਾਣਗੇ ਸੋ ਸਿਸਟਮੈਟਿਕ ਤਰੀਕੇ ਦੇ ਨਾਲ ਸਾਇੰਟਿਫਿਕ ਤਰੀਕੇ ਦੇ ਨਾਲ ਜੇਕਰ ਤੁਸੀਂ ਚਲੋਗੇ ਤਾਂ ਤੁਹਾਨੂੰ ਲਾਭ ਹੋਵੇਗਾ ਤੁਹਾਡੀਆਂ ਆਤਾਂ ਠੀਕ ਰਹਿਣਗੀਆਂ ਲੋਕ ਜਿਹੜੇ ਤੁਹਾਡੀ ਪ੍ਰਸ਼ੰਸਾ ਕਰਨਗੇ ਕਿ ਤੁਸੀਂ ਠੀਕ ਢੰਗ ਨਾਲ ਇਹ ਸਾਰਾ ਕੁਝ ਕੀਤਾ ਨਹੀਂ ਤਾਂ ਕੀ ਹੋਏਗਾ ਕਿ ਕੋਈ ਚੀਜ਼ ਜਿਹੜੀ ਹੈ ਕਮੀ ਪੇਸ਼ੀ रह ਜਾਏਗੀ ਉਸ ਨਾਲ ਸਾਰੀ ਗੜਬੜ ਜਿਹੜੀ ਹੋ ਜਾਏਗੀ ਜੀ 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 ਇੱਥੇ ਅਸੀਂ ਦਫ਼ਤਰ ਦੇ ਵਿੱਚ ਵੀ ਕਿਸੇ ਨੂੰ ਚਾਹ ਪੁੱਛ ਲੈਣੇ ਆ ਜਾਂ ਪਲਾਉਂਦੇ ਵੀ ਹੈਗੇ ਆ ਪਰੰਤੂ ਵਿਦੇਸ਼ਾਂ ਵਿਦੇਸ਼ ਦੇ ਵਿੱਚ ਐਵੇਂ ਨਹੀਂ ਹੈ ਵਿਦੇਸ਼ ਦੇ ਵਿੱਚ ਕਿਸੇ ਵੀ ਕੰਮ ਵਾਲੀ ਜਗ੍ਹਾ ਤੇ ਚਾਹ ਨਹੀਂ ਪੀਤੀ ਜਾਂਦੀ ਚਾਹ ਨਹੀਂ ਪਲਾਈ ਜਾਂਦੀ ਉਹਨਾਂ ਨੂੰ 15 ਮਿੰਟ ਦੀ ਛੁੱਟੀ ਹੁੰਦੀ ਹੈ ਉਥੇ ਕਾਫੀ ਦਾ ਪਲਾਂਟ ਲੱਗਿਆ ਹੁੰਦਾ ਹੈ ਕਾਫੀ ਤੁਸੀਂ ਬਣਾਓ ਪੀਓ ਠੀਕ ਹੈ ਸਰ ਪਰੰਤੂ ਉਥੇ ਤੁਹਾਨੂੰ ਕੋਈ ਮਿਲਣ ਨਹੀਂ ਆ ਸਕਦਾ ਠੀਕ ਹੈ ਉਥੇ ਕੋਈ ਬੰਦਾ ਤੁਹਾਨੂੰ ਫੋਨ ਵੀ ਨਹੀਂ ਕਰ ਸਕਦਾ ਇਹ ਸੇਕਰਕੇ ਤੁਸੀਂ ਵਿਦੇਸ਼ ਵਿੱਚ ਰਹਿੰਦੇ ਕਿਸੇ ਬੰਦੇ ਨੂੰ ਫੋਨ ਦਾ ਨੰਬਰ ਮੰਗਾਉਣਾ ਉਹ ਨਹੀਂ ਦੇਵੇਗਾ ਕਿਉਂਕਿ ਜੇਕਰ ਤਿੰਨ ਵਾਰੀ ਕੰਮ ਵਾਲੀ ਜਗ੍ਹਾ ਤੇ ਜਵਾਨੂੰ ਪ੍ਰਾਈਵੇਟ ਫੋਨ ਆ ਗਿਆ ਤੁਹਾਡੀ ਛੁੱਟੀ ਹੋ ਜਾਏਗੀ ਹਾਂਜੀ ਉਥੇ ਕੰਮ ਕਰਕੇ ਦੇਣਾ ਪੈਂਦਾ ਉਥੇ ਤਨਖਾਹ ਜਿਹੜੀ ਹੈ ਘੰਟਿਆਂ ਦੇ ਹਿਸਾਬ ਨਾਲ ਮਿਲਦੀ ਹੈਗੀ ਸੋ ਉਥੇ ਸਾਨੂੰ ਫਿਰ ਆਪ ਤਾਂ ਬਦਲਣੀਆਂ ਪੈਂਦੀਆਂ ਜੀ 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 ਲੋਡ ਜਿਹੜਾ ਹੈ ਨਾ ਉਹ ਬੜੀ ਵੱਡੀ ਚੀਜ਼ ਹੈ ਉਸ ਜੇ ਦੇ ਲੋਡ ਹੋਣੇ ਚਾਹੀਦੇ ਆ ਮੈਂ ਰੋਟੀ ਤਾਂ ਖਾ ਸਕਾਂਗਾ ਜੇਕਰ ਮੈਂ ਆਪਣੀਆਂ ਆਤਾਂ ਬਦਲ ਕੇ ਕਮਾਈ ਕਰਾਂਗਾ ਜੇਕਰ ਮੈਂ 12 ਵਜੇ ਤੱਕ ਸੁੱਤਾ ਹੀ ਰਹਾਂਗਾ ਤਾਂ ਮੈਨੂੰ ਕਿਸੇ ਨੇ ਕੋਈ ਜੌਬ ਨਹੀਂ ਦੇਣੀ ਹੈਗੀ ਸਹੀ ਸੋ ਆਤਾਂ ਬਦਲੀਆਂ ਜਾ ਸਕਦੀਆਂ ਪਰੰਤੂ ਜੇਕਰ ਤੁਸੀਂ ਹੋਰ ਹੀ ਥੋੜੀ ਜਹੀ ਟ੍ਰੇਨਿੰਗ ਲਈ ਹੋਵੇ ਮੈਂ ਉਹ ਸੌਕੀਆਂ ਹੋ ਜਾਂਦੀ ਠੀਕ ਹੈ ਮੇਰਾ ਬੇਟਾ ਸੀਗਾ ਅਮਰੀਕਾ ਚ ਹੁਣ ਉਹ ਘਰ ਦੇ ਵਿੱਚ ਆਮਲੇਟ ਵਗੈਰਾ ਬਣਾ ਲੈਂਦਾ ਸੀ ਆ ਮਤਲਬ ਖਿਚੜੀ ਬਣਾ ਲੈਂਦਾ ਸੀ ਕਈ ਚੀਜ਼ਾਂ ਘਰ ਦੇ ਵਿੱਚ ਹੀ ਕਰ ਲੈਂਦਾ ਸੀਗਾ ਉਹ ਕਹਿੰਦਾ ਮੈਨੂੰ ਉਹ ਆਦਤਾਂ ਜਿਹੜੀਆਂ ਉਹ ਵਿਦੇਸ਼ ਦੇ ਵਿੱਚ ਬੜੀਆਂ ਫਾਇਦੇਮੰਦ ਹੋਈਆਂ ਫਾਇਦੇਮੰਦ ਸਾਬਤ ਹੁੰਦੀਆਂ ਆ ਇੱਕ ਬੰਦਾ ਸੀਗਾ ਹਾਂਜੀ ਉਸ ਨੂੰ ਜੌਬ ਨੇ ਸੇ ਮਿਲਦੇ ਠੀਕ ਹੈ ਉਸ ਦੇ ਕੱਪੜੇ ਜਿਹੜੇ ਸੀ ਨਾ ਇਹਨੇ ਸਾਫ਼ ਹੀ ਨਹੀਂ ਸੀ ਹੁੰਦੇ ਕਿ ਉਹ ਇੰਟਰਵਿਊ ਵਾਸਤੇ ਕਿਸੇ ਜਗ੍ਹਾ ਤੇ ਜਾ ਸਕੇ ਠੀਕ ਹੈ ਕਿਉਂਕਿ ਉਹਨੇ ਕਦੇ ਕਪੜੇ ਧੋਤੇ ਹੀ ਨਹੀਂ ਸੀ ਹੁਣ ਵਿਦੇਸ਼ ਦੇ ਵਿੱਚ ਤਾਂ ਕਪੜੇ ਤੁਹਾਡੇ ਕੋਈ ਧੋਣ ਨਹੀਂ ਆਏਗਾ ਹਾਂ ਹਾਂ ਸੋ ਤੁਹਾਨੂੰ ਆਪ ਹੀ ਧੋਣੇ ਪੈਣਗੇ ਬਿਲਕੁਲ ਸੋ ਜੋ ਕੋਈ ਤੁਸੀਂ ਕਰਨਾ ਚਾਹੁੰਦੇ ਹੋ ਉਸ ਦੇ ਅਨੁਸਾਰ ਆਦਤਾਂ ਜਿਹੜੀਆਂ ਹਨ ਉਹ ਉਪਜਾਉਣੀਆਂ ਪੈਣਗੀਆਂ ਜੇਕਰ ਕਿਸੇ ਜਗ੍ਹਾ ਤੇ ਜਾਣਾ ਹੈ ਤੁਸੀਂ ਹੌਲੀ ਟੁਰਦੇ ਹੋ ਜੇ ਹੌਲੀ ਟੁਰਦੇ ਹੋ ਤਾਂ ਜਲਦੀ ਚੱਲੋ ਜੀ ਜਲਦੀ ਚੱਲੋਗੇ ਤਾਂ ਹੀ ਅਗਾਂਹ ਨਾਲੋਂ ਪਹਿਲਾਂ ਪਹੁੰਚੋਗੇ ਜਾਂ ਉਸ ਵੇਲੇ ਪਹੁੰਚੋਗੇ ਜਦੋਂ ਪਹੁੰਚਣਾ ਹੈਗਾ ਠੀਕ ਹੈ ਸੋ ਸਾਨੂੰ ਆਪਣੀ ਸ਼ਕਤੀ ਆਪਣਾ ਸਮਾਂ ਆਪਣਾ ਪੈਸਾ ਇਹ ਮਾਪ ਕੇ ਰੱਖਣਾ ਚਾਹੀਦਾ ਹੈ ਮਾਪ ਤੋਲ ਕੇ ਬਤਨਾ ਚਾਹੀਦਾ ਹੈ ਠੀਕ ਹੈ ਸਰ ਕੋਈ ਬੰਦਾ ਸੀ ਕਿਤੇ ਗਿਆ ਹਾਂਜੀ ਮਾਪੇ ਰਹਿੰਦਾ ਸੀ ਉਹ ਜੀ ਉਹਨੂੰ 2 ਮਹੀਨੇ ਤਨਖਾਹ ਨਾ ਮਿਲੀ ਠੀਕ ਹੈ ਉਹ ਉਹਦੇ ਕੋਲ 4-5 ਰੁਪਏ ਬਚੇ 2 ਮਹੀਨੇ ਤਨਖਾਹ ਨਾ ਮਿਲੀ ਇਸਨੂੰ ਠੀਕ ਹੈ ਉਹ ਪਟਿਆਲੇ ਦਫ਼ਤਰ ਦੇ ਵਿੱਚ ਆਇਆ ਪਤਾ ਕਰਨ ਕਿ ਮੈਨੂੰ ਤਨਖਾਹ ਜਿਹੜੀ ਹੈ ਨਹੀਂ ਮਿਲੀ ਹੈ ਤੇ ਕਿਰਪਾ ਕਰਕੇ ਮੇਰੀ ਤਨਖਾਹ ਜਿਹੜੀ ਹੈ ਰਿਲੀਜ਼ ਕਰੋ ਹਾਂਜੀ ਉਹਦੇ ਕੋਲ ਜਿਹੜੇ 3-4 ਰੁਪਏ ਸੀਗੇ ਉਹ ਜਿਹੜੇ ਦਫ਼ਤਰ ਵਾਲੇ ਬੰਦੇ ਸੀ ਇਹ ਵੀ 25 ਸਾਲ ਦੀ ਗੱਲ ਹੈਗੀ ਹੈ ਜੀ ਉਹ ਉਹਨਾਂ ਨੂੰ ਉਹਨੇ ਚਾਹ ਪਾਣੀ ਪਿਲਾਉਣ ਦੇ ਵਿੱਚ ਖਰਚ ਹੋ ਗਏ ਹਾਂਜੀ ਸ਼ਾਮ ਨੂੰ ਉਹਦੇ ਕੋਲ ਪੈਸੇ ਹੀ ਨਹੀਂ ਸੀ ਕਿ ਉਹ ਗੱਡੀ ਜਾਂ ਬੱਸ ਦੇ ਵਿੱਚ ਨਬੇ ਜਾ ਸਕੇ ਠੀਕ ਆ ਉਹ ਪੈਦਲ ਟੁਰ ਪਿਆ ਠੀਕ ਹੈ ਜੀ ਪੈਦਲ ਟੁਰ ਪਿਆ ਤੇ ਫੇਰ ਉਸ ਨੂੰ ਖਿਆਲ ਆਇਆ ਕਿ ਮੈਨੂੰ ਕੋਈ ਦੇਖ ਲੇਗਾ ਵੀ ਪੈਰਲ ਜਾ ਰਿਹਾ ਹੈ ਜੀ ਫਿਰ ਉਹ ਰੇਲਵੇ ਲਾਈਨ ਤੇ ਪਹੁੰਚ ਗਿਆ ਰੇਲਵੇ ਲਾਈਨ ਤੇ ਟੁਰ ਕੇ ਉਹ ਨਾ ਭੇ ਗਿਆ 7 ਘੰਟੇ ਬਾਅਦ 8 ਘੰਟੇ ਬਾਅਦ ਜੀ ਇਹ ਮਜਬੂਰੀ ਹੈ ਬਿਲਕੁਲ ਇਸ ਨਾਲ ਉਸ ਨੇ ਇਹ ਸਿੱਖ ਲਿਆ ਕਿ ਅੱਗੇ ਤੋਂ ਕਿਤੇ ਵੀ ਜਾਣਾ ਵਾਪਸੇ ਦਾ ਕਿਰਾਏ ਵਾਸਤੇ ਜਿਹੜੇ 5 10 ਰੁਪਏ ਹਨ ਉਹ ਵੱਖਰੀ ਜੇਬ ਵਿੱਚ ਪਾਉਣੇ ਹੈਗੇ ਆ ਤਾਂ ਕਿ ਮੈਨੂੰ ਇਸ ਕਿਸਮ ਦੀ ਹਾਲਤ ਦਾ ਦੁਬਾਰਾ ਸਾਹਮਣਾ ਨਾ ਕਰਨਾ ਪਵੇ। ਸੋ ਅਸੀਂ ਬਹੁਤ ਕੁਝ ਮਜਬੂਰੀਆਂ ਤੋਂ ਸਿੱਖਦੇ ਹਾਂ। ਉਸ ਟੰਗ ਨਾਲ ਅਸੀਂ ਆਪਣੀਆਂ ਆਤਮਾਂ ਜਿਹੜੀਆਂ ਹਨ ਨਾ ਉਹ ਨਿਰਧਾਰਤ ਕਰਦੇ ਹੈਗੇ। ਜੀ ਜੀ ਸੋ ਇਹ ਮਤਲਬ ਆਤਮਾ ਜਿਹੜੀਆਂ ਸਾਨੂੰ ਕੰਮ ਦਿੰਦੀਆਂ ਸਾਨੂੰ ਸਾਡਾ ਜੀਵਨ ਸੌਖਾ ਕਰਦਿਆਂ ਹੈਗੇ ਚੰਗੀਆਂ ਆਦਤਾਂ ਜਿਹੜੀਆਂ ਜੇ ਤੁਹਾਡੀਆਂ ਆਦਤਾਂ ਚੰਗੀਆਂ ਹੈਗੀਆਂ ਤਾਂ ਉਸ ਨਾਲ ਸੌਖਾ ਹੋਏਗਾ ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਘਰ ਠਹਿਰੇ ਹੋ ਨਾ ਹਾਂਜੀ ਹਾਂਜੀ ਇਹ ਕੋਈ ਬਾਥਰੂਮ ਹੈ ਬਿਲਕੁਲ ਤੇ ਉਹਨਾਂ ਸਾਰਿਆਂ ਨੇ ਸਵੇਰੇ ਤਿਆਰ ਹੋ ਕੇ ਆਪਣੀ ਆਪਣੀ ਜਗ੍ਹਾ ਤੇ ਜਾਣਾ ਹਾਂਜੀ ਮੈਂ ਆਮ ਤੌਰ ਤੇ ਜਦੋਂ ਕਿਤੇ ਕਿਸੇ ਦੇ ਘਰ ਠਹਿਰਾ ਹਾਂ ਹਾਂਜੀ ਤਾਂ ਮੈਂ ਉਹਨਾਂ ਨੂੰ ਪੁੱਛ ਲੈਣਾ ਕਿ ਤੁਸੀਂ ਕਿੰਨੇ ਵਜੇ ਜਾਗਦੇ ਹੋ ਠੀਕ ਹੈ ਜੇ ਉਹ 6 ਵਜੇ ਜਾਗਦੇ ਹਨ ਮੈਂ 5 ਵਜੇ ਉੱਠ ਕੇ ਉਹਨਾਂ ਦੇ ਜਾਗਣ ਤੋਂ ਪਹਿਲਾਂ ਨਾਤੋ ਲੈਣਾ ਹੈਗਾ ਤਾਂ ਗੁਸਲਖਾਨਾ ਮੈਂ ਸੁਕਾ ਰੂੰਗਾ ਸਾਫ ਕਰ ਦੂੰਗਾ ਤਾਂ ਕਿ ਮੈਂ ਉਹਨਾਂ ਦੇ ਬੋਝ ਨਾ ਬਣੀਏ ਕੋਈ ਬੋਝ ਨਾ ਬਣਾ ਮੈਂ ਉਹਨਾਂ ਦੇ ਰਸਤੇ ਦੀ ਰੁਕਾਵਟ ਨਾ ਬਣੀ ਮਤਲਬ ਇਸ ਕਿਸਮ ਦਾ ਜਿਹੜਾ ਹੋਏਗਾ ਉਹ ਅਸੀਂ ਆਮ ਤੌਰ ਤੇ ਘਰਾਂ ਦੇ ਵਿੱਚ ਨਾ ਕੋਈ ਲੇਡੀ ਆਈ ਹੋਵੇ ਨਾ ਮਾਸੀ ਆਈ ਹੋਵੇ ਪੂਆ ਆਈ ਹੋਵੇ ਉਹਨੂੰ ਅਸੀਂ ਪ੍ਰਵਾਨ ਕਰ ਲੈਂਦੇ ਆ ਕਿਉਂਕਿ ਉਹ ਲਾਭਕਾਰੀ ਹੁੰਦੀ ਹੈ ਉਹ ਕਦੇ ਮਟਰ ਛਿੱਲ ਦੋਗੇ ਕਦੇ ਕੋਈ ਰੋਟੀ ਬਣਾ ਦੋਗੇ ਕਦੇ ਕੁਝ ਕਰ ਦੋਗੀ ਆਦਮੀ ਜਿਹੜਾ ਹੁੰਦਾ ਉਹ ਨਕਮਾ ਹੁੰਦਾ ਘਰ ਦੇ ਵਿੱਚ ਉਹ ਆ ਕੇ ਉਹ ਕੁਝ ਨਾ ਕੁਝ ਮੰਗਦਾ ਹੀ ਰਹੂਗਾ ਚਾਹ ਬਣਾ ਦੇ ਇਹ ਕਰ ਦੇ ਉਹ ਕਰ ਦੇ ਠੀਕ ਹੈ ਹਾਂ ਮੇਰੇ ਦਵਾਈ ਦੇ ਦੇ ਠੀਕ ਹੈ ਉਹ ਉਹਦੀਆਂ ਆਦਤਾਂ ਜਿਹੜੀਆਂ ਹਨਾ ਉਹ ਨਹੀਂ ਪਰਮਾਨ ਹੁੰਦੀਆਂ ਜਦੋਂ ਕਿ ਔਰਤ ਦੀਆਂ ਆਤਾਂ ਜਿਹੜੀਆਂ ਹੈਗੀਆਂ ਉਹ ਸਹਿਯੋਗੀ ਆਤਾਂ ਹੁੰਦੀਆਂ ਉਹ ਪਰਮਾਨ ਹੁੰਦੀਆਂ ਉਹ ਉਹਰਾ ਉਹ ਆਦਮੀ ਜਿਹੜਾ ਨਾ ਉਹ ਬੈੱਡ ਪਾ ਲੇਗਾ ਔਰਤ ਜਿਹੜੀ ਹੈ ਜਿੱਥੇ ਬਾਕੀ ਸੌਂ ਰਹੇ ਆ ਉੱਥੇ ਉਹ ਸੌਂ ਜਾਏਗੀ ਐਡਜਸਟ ਕਰਨ ਦੀ ਬਿਰਤੀ ਉਹਦੇ ਵਿੱਚ ਜ਼ਿਆਦਾ ਹੁੰਦੀ ਹੈਗੀ ਸੋ ਆਤਾਂ ਉਹ ਬਣਾਓ ਜਿਹੜੀਆਂ ਇਤਨੀਆਂ ਲਚਕਦਾਰ ਹੋਣ ਕਿ ਹਰ ਜਗ੍ਹਾ ਤੇ ਉਸੇ ਫਿੱਟ ਬੈਠ ਜਾਓ ਫਿੱਟ ਬੈਠ ਜਾਓ ਜੇਕਰ ਖਾਣ ਵਾਸਤੇ ਸਾਰੀਆਂ 8 ਰੋਟੀਆਂ 4 ਬੰਦੇ ਆ ਦੋ ਦੋ ਖਾਓ ਇਹ ਥੋੜਾ ਤੁਸੀਂ ਉੱਥੇ ਲੜਨ ਲੱਗ ਜਾਓਗੇ ਕਿ ਮੈਂ ਤਾਂ 4 ਖਾਊਗਾ ਸੋ ਅਡਜਸਟ ਕਰਨ ਦਾ ਅਡਜਸਟਮੈਂਟ ਦਾ ਮਤਲਬ ਕੀ ਹੈਗਾ ਲਚਕਦਾਰ ਆਦਤਾਂ ਠੀਕ ਠੀਕ ਲਚਕਦਾਰ ਆਦਤਾਂ ਦੂਜੇ ਦੀ ਮਜਬੂਰੀ ਨੂੰ ਵੇਖੋ ਦੂਜੇ ਦੇ ਲੋਡ ਨੂੰ ਸਮਝੋ ਉਸ ਹਿਸਾਬ ਨਾਲ ਤੁਸੀਂ ਆਪ ਵਿਹਾਰ ਕਰੋ ਜੀ ਜੀ ਏਸੀ ਅੱਜ ਦਾ ਵਿਸ਼ਾ ਆਪਣਾ ਆਦਤਾਂ ਬਾਰੇ ਕਿਉਂਕਿ ਚੰਗੀਆਂ ਆਦਤਾਂ ਦਾ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਆ ਜਿੱਥੇ ਕਹਿੰਦੇ ਸਾਡੀ ਸੇਧ ਦੇ ਲਈ ਸ਼ੇਅਰ ਕਰਨਾ ਲਾਇ ਬੰਦ ਹੁੰਦਾ ਉੱਥੇ ਚੰਗੀਆਂ ਆਦਤਾਂ ਦਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਕਿਦਾਂ ਦੀ ਲੱਗੀ ਤੇ ਜੇਕਰ ਤੁਸੀਂ ਹੋਰ ਵੀ ਕਿਸੇ ਵਿਸ਼ੇ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਜਰੂਰ ਕਰਿਓ ਤੇ ਵੀਡੀਓ ਸ਼ੇਅਰ ਕਰਨਾ ਲਾਈਕ ਕਰਨਾ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨੀ